ਪੇਸ਼ਨ ਚੱਲ ਰਿਹਾ ਸੀਗਾ ਪੱਪਲਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਏ ਤੋਂ ਗ੍ਰਿਫਤਾਰ ਕੀਤਾ ਹੈ। ਇਹਦੇ ਵਿੱਚ ਕਾਫੀ ਦੇਰ ਤੋਂ ਬਹੁਤ ਸਾਰੇ ਵਾਈਟਲ ਕਲੂ ਸੀਗੇ ਜਿਨ੍ਹਾਂ ਦੇ ਉੱਤੇ ਕੰਮ ਹੋ ਰਿਹਾ ਸੀਗਾ ਔਰ ਬਹੁਤ ਸ਼ਲਾਘਾ ਦਾ ਕੰਮ ਕੀਤਾ ਅੰਮ੍ਰਿਤਸਰ ਰੂਰਲ ਪੁਲਿਸ ਨੇ ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ 'ਤੇ ਔਰ ਉਹਨਾਂ ਦੀ ਗਾਈਡੈਂਸ ਦੇ ਹੇਠ ਪੱਪਲਪ੍ਰੀਤ ਸਿੰਘ ਨੂੰ ਡਿਟੇਨ ਕੀਤਾ ਗਿਆ NSA ਦੇ ਵਿੱਚ। ਗ੍ਰਿਫਤਾਰੀ ਜਿਹੜੀ ਪਏਗੀ NSA ਦੇ ਤਹਿਤ ਉਹ ਗ੍ਰਿਫਤਾਰੀ ਪਏਗੀ। ਇਸ ਤੋਂ ਇਲਾਵਾ ਇਹ 6 ਹੋਰ ਕੇਸਿਸ ਦੇ ਵਿੱਚ ਵਾਂਟਡ ਆ ਔਰ ਫਰਦਰ ਇਹਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਰ ਹੋਏਗੀ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ। ਪੰਜਾਬ ਪੁਲਿਸ ਨੇ ਮਾਨਯੋਗ CM ਸਾਹਿਬ ਕੀ ਇੰਸਟਰਕਸ਼ਨਸ 'ਤੇ ਬਹੁਤ ਇਫੈਕਟਿਵ ਕੰਮ ਕੀਆ ਹੈ। ਇਸ ਕੇਸ ਮੇਂ ਇੱਕ ਸਪੈਸ਼ਲ ਓਪਰੇਸ਼ਨ ਜੋ ਚੱਲ ਰਿਹਾ ਥਾ ਇਸਮੇਂ ਹਮਾਰੇ ਪਾਸ ਵਾਈਟਲ ਕਲੂਸ ਥੇ ਜਿਸਮੇਂ ਪੱਪਲਪ੍ਰੀਤ ਸਿੰਘ ਜੋ ਮੇਨ ਐਸੋਸੀਏਟ ਹੈ ਅੰਮ੍ਰਿਤਪਾਲ ਸਿੰਘ ਕਾ ਉਸਕੋ ਪੰਜਾਬ ਪੁਲਿਸ ਨੇ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਏਰੀਆ ਹੈ ਅੰਮ੍ਰਿਤਸਰ ਮੇਂ ਵਹਾਂ ਸੇ ਅਰੈਸਟ ਕੀਆ ਹੈ। ਪੰਜਾਬ ਪੁਲਿਸ ਨੇ ਇਸਕੋ NSA ਮੇਂ ਡਿਟੇਨ ਕੀਆ ਹੈ। ਇਸਕੇ ਇਲਾਵਾ 6 ਔਰ ਕੇਸਿਸ ਇਸਪੇ ਰਜਿਸਟਰਡ ਹੈ ਜੋ ਟਾਈਮ ਟੂ ਟਾਈਮ ਐਜ ਪਰ ਲੀਗਲ ਪ੍ਰੋਸੈਸ ਉਸਪੇ ਕੰਮ ਕੀਆ ਜਾਏਗਾ ਬਾਅਦ ਮੇਂ। और इस केस पे अभी और फर्दर जो भी डेवलपमेंट होगी टाइम टू टाइम आपके साथ शेयर की जाएगी। पंजाब पुलिस अंडर द इंस्ट्रक्शंस ऑफ ऑनरेबल CM पंजाब हैज टेकन अ वेरी इफेक्टिव स्टेप। पंजाब पुलिस हैज बीन सक्सेसफुल इन अरेस्टिंग पप्पलप्रीत सिंह। पप्पलप्रीत सिंह इज मेन एसोसिएट ऑफ अमृतपाल सिंह। ही हैज बीन अरेस्टेड फ्रॉम द एरिया ऑफ कत्थू नंगल इन अमृतसर एंड अमृतसर पुलिस under the leadership of honorable DGP Punjab they have arrested Pappalpreet. He has been detained under NSA. There are 6 other cases which have been registered against him and further legal action will be taken as per law and in accordance with law. Any further development in this case or in this matter will be shared with the media soon. Thank you so much. Subscribe to One India channel and never miss an update.